ਹਾਈ, ਮੈਂ ਮੋਹਿੰਦਰ ਕੌਰ ਫਲਾਈ ਬਰਾਡ ਤੋਂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਮੇਰੇ ਆਫਿਸ ਰਣਜੀਤ ਕੌਰ ਨਾਮ ਦੀ ਲੜਕੀ ਦਾ ਕੈਨੇਡਾ ਦਾ ਵੀਜ਼ਾ ਆਇਆ ਅਤੇ ਹੁਣ ਆਪਾਂ ਚੱਲ ਕੇ ਉਹਨਾਂ ਦੇ ਨਾਲ ਜਿਹੜਾ ਹੈਗਾ ਵਾ ਉਹਨਾਂ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਵਾ ਉਹਨਾਂ ਨਾਲ ਗੱਲ ਕਰਕੇ ਅਤੇ ਪਤਾ ਕਰੀਏ। ਪਲੀਜ਼ ਵਾਚ ਮਾਈ ਵੀਡੀਓ। ਹਾਂਜੀ ਰਣਜੀਤ ਕੌਰ ਜੀ, ਤੁਸੀਂ ਮੇਰੇ ਫੇਸਬੁੱਕ ਫਰੈਂਡਸ ਨੂੰ ਤੁਹਾਡਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਵਾ, ਤੁਹਾਡਾ ਵੀਜ਼ਾ ਕਿੰਨੇ ਟਾਈਮ ਬਾਅਦ ਆਇਆ ਅਤੇ ਤੁਸੀਂ ਸਟੱਡੀ ਵਿੱਚ ਕੀ ਕੀਤਾ ਸੀਗਾ, ਪਲੀਜ਼ ਇਹਨਾਂ ਨੂੰ ਸਾਰਿਆਂ ਨੂੰ ਦੱਸੋਗੇ? ਮੈਂ ਰਣਜੀਤ ਕੌਰ, ਵਿਲੇਜ ਬੱਗੂਵਾਲਾ, ਡਿਸਟ੍ਰਿਕਟ ਫਿਰੋਜ਼ਪੁਰ। ਮੈਂ ਬੀਐਡ ਪਾਸ ਆਊਟ ਕੀਤੀ ਸੀ 2014 ਵਿੱਚ। ਮੇਰਾ 3 ਸਾਲ ਦਾ ਗੈਪ ਆਉਂਦਾ ਸੀ। ਮੈਂ ਕਈ ਕੰਸਲਟੈਂਟ ਕੋਲ ਗਈ ਬਟ ਮੇਰਾ ਕੋਈ ਵੀ ਫਾਈਲ ਪੜ੍ਹਨ ਦੇ ਲਈ ਤਿਆਰ ਨਹੀਂ ਸੀ। ਮੈਂ ਇਸ ਤੋਂ ਬਾਅਦ ਮੈਂ ਆਪਣੇ ਹਸਬੈਂਡ ਦੇ ਫਰੈਂਡ ਤੋਂ ਸੁਣਿਆ ਅਤੇ ਮੈਂ ਇੱਥੇ ਮਹਿੰਦਰ ਮੈਮ ਕੋਲ ਆਈ। ਇਹਨਾਂ ਨੇ ਮੈਨੂੰ ਬਹੁਤ ਹੀ ਵਿਸ਼ਵਾਸ ਦਵਾਇਆ ਅਤੇ ਕਿਹਾ 100% ਤੁਹਾਡਾ ਵੀਜ਼ਾ ਆਊਗਾ। ਇਸ ਟਾਈਮ ਮੈਂ ਆਪਣਾ ਵੀਜ਼ਾ ਗੈਟ ਕਰ ਚੁੱਕੀ ਹਾਂ। ਮੈਂ ਬਹੁਤ ਹੀ ਖੁਸ਼ੀ ਫੀਲ ਕਰਦੀ ਹਾਂ ਐਂਡ ਮੈਮ ਦਾ ਬਹੁਤ ਹੀ ਧੰਨਵਾਦ ਕਰਦੀ ਹਾਂ। ਤੁਸੀਂ ਵੀ ਸਾਰੇ ਇੱਥੇ ਆਓ ਅਤੇ ਆਪਣਾ ਵੀਜ਼ਾ ਗੈਟ ਕਰੋ ਐਂਡ ਲਾਈਫ ਵਿੱਚ ਸਕਸੈਸ ਪਾਓ। ਅਤੇ ਤੁਸੀਂ BA.BED ਕਿਹੜੇ ਈਅਰ ਵਿੱਚ ਕੀਤੀ ਸੀ ਰਣਜੀਤ? ਮੈਂ 2014 ਦੇ ਵਿੱਚ ਪਾਸ ਆਊਟ ਕੀਤੀ ਸੀ। ਤੁਹਾਡਾ ਕਿੰਨੇ ਸਾਲ ਦਾ ਗੈਪ ਸੀਗਾ? ਮੇਰਾ 3 ਸਾਲ ਦਾ ਗੈਪ ਸੀਗਾ। ਅਤੇ ਤੁਹਾਡੇ ਬੈਂਡ ਮੈਮ ਕਿੰਨੇ ਆਏ ਸੀਗੇ ਦੱਸੋ? ਮੇਰੇ 6 ਬੈਂਡ ਆਏ ਸੀਗੇ। ਅਤੇ ਤੁਹਾਨੂੰ ਕਿੰਨੇ ਸਾਰੇ ਏਜੰਟਸ ਨੇ ਜਵਾਬ ਦਿੱਤਾ ਸੀਗਾ ਕਿ ਤੁਹਾਡਾ ਵੀਜ਼ਾ? ਮੈਂ ਚੰਡੀਗੜ੍ਹ ਵੀ ਗਈ, ਜਲੰਧਰ ਵੀ ਗਈ, ਮੇਰਾ ਕਿਸੇ ਨੇ ਵੀ ਬਾਣੀ ਪੜ੍ਹੀ, ਮੈਨੂੰ ਸਾਰਿਆਂ ਨੇ ਜਵਾਬ ਦਿੱਤਾ ਕਹਿੰਦੇ ਵੀ ਤੇਰਾ ਵੀਜ਼ਾ ਨਹੀਂ ਲੱਗ ਸਕਦਾ, 6 ਬੈਂਡ ਦੇ ਰਿਕੁਆਇਰਮੈਂਟ ਇੰਨੀ ਨਹੀਂ ਫੁੱਲਫਿਲ ਨਹੀਂ ਹੋ ਰਹੀ ਆ। ਓਕੇ, ਦੈਨ ਤੁਹਾਨੂੰ ਕਿਸ ਤੋਂ ਪਤਾ ਚੱਲਿਆ ਸੀਗਾ ਫਲਾਈ ਬਰੋਡ ਦੇ ਬਾਰੇ ਮੈਮ? ਮੇਰੇ ਹਸਬੈਂਡ ਦੇ ਫਰੈਂਡ ਤੋਂ ਪਤਾ ਚੱਲਿਆ ਸੀਗਾ। ਕੀ ਨਾਮ ਸੀਗਾ ਉਸਦਾ? ਦਵਿੰਦਰ ਸਿੰਘ ਜੀ, ਇਸ ਟਾਈਮ ਕੈਨੇਡਾ ਵਿੱਚ। ਜਨਵਰੀ ਇਨਟੇਕ ਦੇ ਵਿੱਚ ਦਵਿੰਦਰ ਸਿੰਘ ਨਾਮ ਦਾ ਲੜਕਾ ਜਿਹੜਾ ਵਾ ਸਾਡੇ ਆਫਿਸ ਤੋਂ ਗਿਆ ਸੀਗਾ, ਜਨਵਰੀ ਇਨਟੇਕ ਸੀਗਾ ਉਸਦਾ ਐਂਡ ਉਸਦਾ ਵੀ 2 to 3 years ਦਾ ਗੈਪ ਸੀਗਾ। ਉਸਦੀ ਵੀ ਵੀਡੀਓ ਜਿਹੜੀ ਹੈ ਮੈਂ ਫੇਸਬੁੱਕ 'ਤੇ ਪਹਿਲਾਂ ਵੀ ਪਾਈ ਸੀਗੀ, ਹੁਣ ਉਹਨਾਂ 'ਤੇ ਹੀ ਰੈਫਰੈਂਸ ਤੋਂ ਜਿਹੜੀ ਹੈ ਰਣਜੀਤ ਕੌਰ ਹੈ ਜਿਹੜੀ ਉਹਨਾਂ ਦੇ ਰੈਫਰੈਂਸ 'ਚੋਂ ਮੇਰੇ ਆਫਿਸ ਆਈ ਸੀ, ਇਹਨੂੰ ਸਭ ਨੇ ਜਵਾਬ ਦੇ ਦਿੱਤਾ ਸੀਗਾ ਐਂਡ ਇਸ ਲੜਕੀ ਦਾ ਵੀਜ਼ਾ ਸਾਡੇ ਕੋਲ ਕੱਲ੍ਹ ਆਇਆ, ਜਿਸਦਾ ਬਾਰੇ ਮੈਂ ਜਿਹੜੇ ਅਪਡੇਟ ਕੀਤਾ ਸੀਗਾ ਸਟੇਟਸ ਐਂਡ ਅੱਜ ਰਾਤ ਨੂੰ ਇਸਦੀ 2:45 'ਤੇ ਜਿਹੜੀ ਫਲਾਈਟ ਹੋ ਰਹੀ ਹੈ ਵਿਦਇਨ 1 ਡੇਜ਼ ਦੀ ਤਿਆਰੀ ਕੀਤੀ ਗਈ ਹੈ ਕਿਉਂਕਿ 7 ਤੋਂ ਪਹਿਲਾਂ ਇਹਨੂੰ ਪਹੁੰਚਣਾ ਪੈਣਾ ਸੀਗਾ, ਕੱਲ੍ਹ ਇਹਨੇ ਪਹੁੰਚਣਾ ਕੈਨੇਡਾ 8 ਤਰੀਕ ਨੂੰ ਇਸਦੀਆਂ ਜਿਹੜੀਆਂ ਨੇ ਕਲਾਸਿਸ ਨੇ। ਮੈਡਮ ਤੁਸੀਂ ਕਾਲਜ ਦੱਸੋਗੇ, ਕਿਹੜੇ ਕਾਲਜ ਵਿੱਚ ਜਾ ਰਹੇ ਹੋ? ਮੈਂ ਸੈਲਕਿਰਕ ਕਾਲਜ, ਬ੍ਰਿਟਿਸ਼ ਕੋਲੰਬੀਆ। ਓਕੇ, ਵੈਰੀ ਗੁੱਡ। ਐਂਡ ਮੈਮ ਤੁਸੀਂ ਫੀਸ ਬਾਰੇ ਦੱਸੋਗੇ ਕਿ ਤੁਸੀਂ ਫੀਸ ਭਰੀ ਸੀ ਕਿ ਆਪਾਂ ਭਰੀ ਸੀਗੀ, ਤੁਹਾਡੀ ਫੀਸ ਕਿਵੇਂ ਹੋਇਆ? ਸਾਰੀ ਫੀਸ ਮੇਰੀ ਮੈਮ ਨੇ ਭਰੀ ਸੀਗੀ। ਅਸੀਂ ਜਿਵੇਂ ਕਿ ਤੁਹਾਨੂੰ ਹਮੇਸ਼ਾ ਦੱਸਦੇ ਆਏ ਹਾਂ ਕਿ ਕਾਲਜ ਫੀਸ ਹੈ ਜਿਹੜੀ ਆ ਫਲਾਈ ਅਬਰੋਡ ਦੀ ਕੰਪਨੀ ਜਿਹੜੀ ਆਪਣੀ ਪੋਕਿਟ 'ਚੋਂ ਪੇ ਕਰਦੀ ਆ। ਜਦ ਬੱਚੇ ਦਾ ਵੀਜ਼ਾ ਆ ਜਾਂਦਾ ਦੈਨ ਜਿਹੜਾ ਵਾ ਇਹਨਾਂ ਕੋਲੋਂ ਚਾਰਜਿਸ ਹੈ ਜਿਹੜੇ ਲਏ ਜਾਂਦੇ ਨੇ। ਤੁਹਾਡੇ ਸਾਹਮਣੇ ਹੁਣ ਜਿਵੇਂ ਬੈਠੇ ਨੇ ਤੁਹਾਨੂੰ ਇਹ ਸਾਰੀ ਗੱਲਬਾਤ ਦੱਸਣ ਰਹੇ ਨੇ। ਮਨਪ੍ਰੀਤ, ਤੇਰਾ ਕਿਵੇਂ ਦਾ ਐਕਸਪੀਰੀਅੰਸ ਰਿਹਾ? ਇਹ ਲੜਕਾ ਜਿਹੜਾ ਵਾ ਇਸਦਾ ਹਸਬੈਂਡ ਹੈਗਾ ਵਾ, ਆਪਾਂ ਇਹਨਾਂ ਨਾਲ ਵੀ ਕੁਝ ਗੱਲਾਂ ਜਿਹੜੀਆਂ ਸ਼ੇਅਰ ਕਰੀਏ ਕਿ ਇਹਨੂੰ ਕਿਵੇਂ ਲੱਗਿਆ। ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਸਾਰਿਆਂ ਨੂੰ, ਮੇਰਾ ਨਾਮ ਮਨਪ੍ਰੀਤ ਸਿੰਘ, ਪਿੰਡ ਪੜਾਣਾ, ਤਹਿਸੀਲ ਜੀਰਾ, ਡਿਸਟ੍ਰਿਕਟ ਫਿਰੋਜ਼ਪੁਰ ਤੋਂ ਬਿਲੋਂਗ ਕਰਦਾ। ਇਹ ਮੇਰੀ ਵਾਈਫ ਰਣਜੀਤ ਕੌਰ, ਅਸੀਂ ਕਈ ਕੰਸਲਟੈਂਟ ਕੋਲ ਗਏ, ਸਾਨੂੰ ਕਿਸੇ ਨੇ ਵੀ ਸਾਡੀ ਬਾਂਹ ਨਾ ਫੜੀ, ਸਾਰੇ ਕਹਿੰਦੇ ਤੁਹਾਡਾ ਵੀਜ਼ਾ ਨਹੀਂ ਆਊਗਾ। 2014 ਪਾਸ ਆਊਟ ਦੇ ਬੈਚਲਰ ਆਫ ਆਰਟਸ ਦੇ ਵਿੱਚ ਕੀਤੀ ਸੀ, ਇਹਨਾਂ ਸਾਡਾ 3 ਸਾਲ ਦਾ ਗੈਪ ਸੀਗਾ। ਅਸੀਂ ਦਸੰਬਰ ਦੇ ਵਿੱਚ ਮੈਮ ਕੋਲ ਗਏ ਅਤੇ ਮੈਮ ਨੇ ਕਿਹਾ ਤੁਹਾਡਾ ਮਈ ਇਨਟੇਕ ਲਈ ਹੋ ਜਾਊਗਾ ਅਤੇ ਸਾਡਾ ਅੱਜ ਸੈਲਕਿਰਕ ਕਾਲਜ ਦਾ ਵੀਜ਼ਾ ਆਇਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਤੇ ਅੱਜ ਅਸੀਂ ਵੀਜ਼ਾ ਪ੍ਰਾਪਤ ਕਰ ਰਹੇ ਹਾਂ। ਸਾਨੂੰ ਦਵਿੰਦਰ ਸਿੰਘ ਢਿੱਲੋਂ ਨਾਮ ਦਾ ਮੁੰਡਾ ਜਿਹੜਾ ਕਿ ਕੋਟ ਈਸੇ ਖਾਂ ਤੋਂ ਬਿਲੋਂਗ ਕਰਦਾ, ਮੇਰਾ ਫਰੈਂਡ ਸੀ, ਉਹਨੇ ਮੈਨੂੰ ਸੁਜੈਸਟ ਕੀਤਾ ਸੀ ਮੈਮ ਕੋਲ ਜਾਓ ਅਤੇ ਵੀਜ਼ਾ ਪ੍ਰਾਪਤ ਕਰੋ। ਸਾਡੀਆਂ ਪੂਰੀਆਂ ਆਸਾਂ 'ਤੇ ਮੈਮ ਖਰੇ ਉਤਰੇ, ਸਾਡਾ ਵੀਜ਼ਾ ਆ ਗਿਆ, ਸਾਨੂੰ ਬਹੁਤ ਬਹੁਤ ਖੁਸ਼ੀ ਆ। ਮੈਂ ਵੀ ਕਹਿੰਦਾ ਤੁਸੀਂ ਮੈਮ ਕੋਲ ਆਓ ਅਤੇ ਇਹਨਾਂ ਤੋਂ ਕੰਸਲਟ ਕਰੋ ਅਤੇ ਆਹ ਉਹਨਾਂ ਦਾ ਮੈਮ ਦਾ ਨੰਬਰ ਆ, ਇਸ ਨੰਬਰ 'ਤੇ ਕਾਲ ਕਰੋ ਅਤੇ ਮੈਮ ਤੋਂ ਵੀਜ਼ਾ ਪ੍ਰਾਪਤ ਕਰੋ। ਨੰਬਰ ਹੈਗਾ 9998893644, 01835096057। ਤੇ ਤੈਨੂੰ ਕਿਵੇਂ ਮਹਿਸੂਸ ਹੋ ਰਿਹਾ ਵਾ ਤੂੰ ਕੱਲ ਦਾ, ਜਦੋਂ ਦਾ ਤੈਨੂੰ ਪਤਾ ਲੱਗਿਆ ਹੈਗਾ ਜਿਹੜੀ ਚੀਜ਼ ਤੈਨੂੰ ਲੱਗਦੀ ਸੀ ਹੋ ਨਹੀਂ ਪਾਣੀ ਆ ਤੇ ਕਿੰਨੇ ਪਾਠ ਪੂਜੇ ਕੀਤੇ ਕੀ ਕੁਛ ਹੋਇਆ?
ਅੱਜ ਮੈਂ ਬਹੁਤ ਖੁਸ਼ ਹਾਂ ਜੀ। ਮੈਂ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡੀ ਖੁਸ਼ੀ ਆ ਜਿਹੜਾ ਮੇਰੀ ਵਾਈਫ ਦਾ ਵੀਜ਼ਾ ਆਇਆ। ਇਸ ਤੋਂ ਵੱਡੀ ਮੇਰੇ ਲਈ ਕੋਈ ਗੱਲ ਨਹੀਂ ਜ਼ਿੰਦਗੀ ਦੇ ਵਿੱਚ। ਇਹ ਮੈਂ ਸਭ ਮੈਮ ਦਾ ਬਹੁਤ ਬਹੁਤ ਸ਼ੁਕਰੀਆ ਕਰਦਾ। ਰਾਧਿਕਾ ਮੈਮ, ਵਿਸ਼ਾਲ, ਮਹਿੰਦਰ ਕੌਰ ਮੈਮ ਮੇਰੇ ਲਈ ਮਾਵਾਂ ਵਰਗੀਆਂ ਜਿਨ੍ਹਾਂ ਨੇ ਮੇਰਾ ਵੀਜ਼ਾ ਲਿਆ ਕੇ ਦਿੱਤਾ, ਅਤੇ ਕਮਲ ਮੈਮ ਜਿਹੜੇ, ਰਾਧਿਕਾ ਮੈਮ, ਵਿਸ਼ਾਲ ਭਈਆ ਮੇਰੇ ਭੈਣ ਭਰਾਵਾਂ ਵਰਗੇ ਬਹੁਤ ਹੀ ਵਧੀਆ ਨੇਚਰ ਦੇ, ਬਹੁਤ ਹੀ ਬਹੁਤ ਵਧੀਆ ਸਟਾਫ ਇਹਨਾਂ ਦਾ। ਮੈਂ ਤਾਂ ਕਹਿੰਦਾ ਜੋ ਵੀ ਜਿੰਨੇ ਵੀ ਬੱਚਿਆਂ ਨੇ ਕੇਸ ਅਪਲਾਈ ਕਰਨਾ ਸਪਤੰਬਰ ਇਨਟੇਕ ਦੇ ਲਈ, ਸਾਰੇ ਫਲਾਈ ਅਬਰੋਡ ਦੇ ਆਫਿਸ ਆਓ ਅਤੇ ਆਪਦੇ ਵੀਜ਼ੇ ਪ੍ਰਾਪਤ ਕਰੋ। ਬਹੁਤ ਜ਼ਿਆਦਾ ਖੁਸ਼ ਹਾਂ ਮੈਂ। ਐਸਾ ਮੇਰੀ ਵਾਈਫ ਦੇ ਕੋਲ ਆ, ਦੇਖੋ ਇਹਨਾਂ ਦਾ ਵੀਜ਼ਾ ਆ। ਐਂਡ ਜਾ ਰਹੀ ਹੈ ਹੁਣ, ਰਜੀਤ ਕੌਰ ਤੈਨੂੰ ਕਿਵੇਂ ਫੀਲ ਹੋ ਰਿਹਾ? ਮੈਂ ਬਹੁਤ ਹੀ ਖੁਸ਼ੀ ਫੀਲ ਕਰ ਰਹੀ ਹਾਂ ਇਸ ਟਾਈਮ। ਐਂਡ ਕੱਲ੍ਹ ਮੈਂ ਜਾ ਰਹੀ ਹਾਂ ਕੈਨੇਡਾ। ਅਤੇ ਮੈਂ ਹਮੇਸ਼ਾ ਜਿਸ ਤਰ੍ਹਾਂ ਦੱਸਦੀ ਆਈ ਹਾਂ ਸਾਰਿਆਂ ਨੂੰ ਕਿ ਪ੍ਰੈਸ਼ਰ ਕੇਸ ਦੇ ਉੱਤੇ ਵੀਜ਼ਾ ਲੈਣਾ ਬਹੁਤ ਈਜ਼ੀ ਹੈਗਾ ਵਾ, ਬਟ 3 ਸਾਲ ਦੇ ਗੈਪ ਦੇ ਉੱਤੇ ਜਾਂ 4 ਸਾਲ ਦੇ ਗੈਪ ਦੇ ਉੱਤੇ ਵੀਜ਼ਾ ਲੈਣਾ ਬਹੁਤ ਜ਼ਿਆਦਾ ਡਿਫੀਕਲਟ ਹੈਗਾ ਵਾ। ਅਤੇ ਅਸੀਂ ਇਹੋ ਜਿਹੇ ਹੀ ਕੇਸ ਵੱਟਦੇ ਹਾਂ, 70-80% ਕੇਸਿਸ ਨੇ ਜਿਹੜੇ ਜਿਨ੍ਹਾਂ ਦੇ ਰਿਫਿਊਜ਼ ਹੁੰਦੇ ਨੇ ਜਾਂ ਜਿਨ੍ਹਾਂ ਦੇ ਗੈਪ ਹੁੰਦੇ ਨੇ, ਅਸੀਂ ਉਹਨਾਂ ਦੇ ਉੱਤੇ ਵਰਕ ਕਰਕੇ ਉਹਨਾਂ ਦੇ ਉੱਤੇ ਅਸੀਂ ਵੀਜ਼ਾ 'ਚ ਲੈਂਦੇ ਹਾਂ ਜਿਨ੍ਹਾਂ ਨੂੰ ਸਾਰੇ ਜਣਿਆਂ ਨੇ ਨਾ ਕੀਤੀ ਹੁੰਦੀ ਹੈ। ਇਹੋ ਜਿਹੇ ਕੇਸਿਸ 'ਤੇ ਵੀਜ਼ਾ ਲੈਣਾ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ। ਅਤੇ ਅੱਜ ਪਰਮਾਤਮਾ ਨੇ ਫਿਰ ਇੱਕ ਖੁਸ਼ੀ ਫਿਰ ਦਿੱਤੀ, ਸਾਡੇ 10-12 ਵੀਜ਼ਾਸ ਆਏ ਨੇ ਇਸ ਮੰਥ ਵਿੱਚ, ਜਿਨ੍ਹਾਂ ਵਿੱਚੋਂ 6-7 ਵੀਜ਼ਾਸ ਇਹੋ ਜਿਹੇ ਸੀਗੇ ਜਿਨ੍ਹਾਂ ਸਟੂਡੈਂਟਸ ਦੇ ਗੈਪ ਸੀਗੇ। ਬਾਕੀ ਅਸੀਂ ਆਪਣੇ ਮੂੰਹ ਆਪਣੀ ਤਾਰੀਫ ਨਹੀਂ ਕਰਨਾ ਚਾਹੁੰਦੇ, ਬਾਕੀ ਫਲਾਈ ਅਬਰੋਡ ਦੀ ਜਿਹੜੀ ਰੈਪੂਟੇਸ਼ਨ ਹੈ ਇਹ ਸਾਰਿਆਂ ਨੂੰ ਪਤਾ ਹੈਗੀ ਹੈ, ਬਾਰ ਬਾਰ ਦੱਸਣ ਨਾਲ ਨਹੀਂ ਜ਼ਿਆਦਾ ਪਤਾ ਚੱਲੇਗੀ। ਜਿਹੜੇ ਵੀ ਲੋਕ ਇਸ ਫੇਸਬੁੱਕ ਦੇ ਉੱਤੇ ਦੇਖ ਰਹੇ ਨੇ ਮੇਰੀ ਇਸ ਵੀਡੀਓ ਨੂੰ, ਉਹ ਇਸ ਚੀਜ਼ ਅੱਛੀ ਤਰ੍ਹਾਂ ਪਹਿਲਾਂ ਤੋਂ ਵੀ ਜਾਣਦੇ ਨੇ। 5000 ਫਰੈਂਡਸ ਨੇ ਮੇਰੇ ਨਾਲ ਐਡ ਨੇ ਜਿਹੜੇ, ਉਹਨਾਂ ਨੂੰ ਹਰ ਚੀਜ਼ ਦਾ ਪਤਾ ਹੈ ਕਿ ਦੈਟ ਵੀ ਆਰ ਜੈਨੂਇਨ ਕੰਸਲਟੈਂਟਸ। ਐਂਡ ਵਨ ਮੋਰ ਥਿੰਗ, ਮੈਂ ਕਾਲਜ ਫੀਸ ਹੈ ਜਿਹੜੀ ਸਟੂਡੈਂਟ ਦੀ ਆਪਣੀ ਪੋਕਿਟ 'ਚੋਂ ਪੇ ਕਰਦੀ ਹਾਂ, ਤਾਂ ਕਿ ਕਿਸੇ ਵੀ ਬੱਚੇ ਨੂੰ ਕੋਈ ਵੀ ਜ਼ਮੀਨ ਨਾ ਵੇਚਣੀ ਪਏ, ਕੋਈ ਪ੍ਰੋਪਰਟੀ ਨਾ ਵੇਚਣੀ ਪਏ, ਕੋਈ ਗੋਲਡ ਨਾ ਵੇਚਣਾ ਪਏ। ਆਪਣਾ ਵੀਜ਼ਾ ਲੈਣ ਤੋਂ ਬਾਅਦ ਜਿਹੜਾ ਆਪਣਾ ਪੈਸਿਆਂ ਦਾ ਅਰੇਂਜਮੈਂਟ ਕਰਨ, ਹੁਣ ਅੱਜ ਦੇ ਅੱਜ ਇਹਨਾਂ ਨੇ ਆਪਣੇ ਅਰੇਂਜਮੈਂਟ ਕੀਤਾ, ਆਪਣੇ ਪੈਸਿਆਂ ਦਾ ਫੀਸ ਮੈਂ ਆਪਣੇ ਕੋਲੋਂ ਪੇ ਕੀਤੀ ਸੀਗੀ। ਐਂਡ ਜਸਟ ਨਾਓ ਇਹ ਆਏ ਨੇ ਮੇਰੇ ਕੋਲ, ਕੱਲ੍ਹ ਵੀਜ਼ਾ ਆਇਆ ਅਤੇ ਅੱਜ ਰਾਤ ਇਹਨਾਂ ਦੀ ਜਿਹੜੀ ਫਲਾਈਟ ਹੈ ਅਤੇ ਕੱਲ੍ਹ ਇਹਨਾਂ ਨੇ ਪਹੁੰਚ ਜਾਣਾ ਕੈਨੇਡਾ, ਅਤੇ 8 ਤਰੀਕ ਨੂੰ ਇਹਨਾਂ ਦੀ ਜਿਹੜੀਆਂ ਨੇ ਕਲਾਸਿਸ ਨੇ। ਅਤੇ ਤੁਸੀਂ ਵੀ ਸਾਰੇ ਬਲੈਸਿੰਗਸ ਦਿਓ ਕਿ ਇਸ ਲੜਕੀ ਦਾ ਫਿਊਚਰ ਹੈ ਜਿਹੜਾ ਬ੍ਰਾਈਟ ਹੋਵੇ ਅੱਗੇ। ਐਂਡ ਵੈਰੀ ਵੈਰੀ ਥੈਂਕ ਯੂ ਮਾਈ ਫਰੈਂਡਸ ਫੋਰ ਵਾਚਿੰਗ ਮਾਈ ਵੀਡੀਓ। ਓਕੇ, ਬਾਏ।